ਨਾਕਾ ਵੈਸੇ ਆ ਵੀ ਜੀਰੇ 'ਚ ਪੈਂਦਾ ਵਾ, ਨਾਕਾ ਏਰੀਆ 'ਤੇ ਆ ਵੀ ਫਿਰੋਜ਼ਪੁਰ ਦਾ ਹੀ ਆ। ਅਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆਹ ਤੁਹਾਡਾ ਨਾਕਾ ਲੱਗਾ ਹੋਇਆ। ਮੈਂ ਐਸ ਐਸ ਪੀ ਫਿਰੋਜ਼ਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ, ਇੱਧਰੋਂ ਲੰਘ ਰਹੀਆਂ ਪਏ ਨੇ, ਟਿੱਪਰ ਲੰਘਦੇ ਪਏ ਆ ਰਾਤ ਦੇ। ਨਹੀਂ ਸਰ ਅਸੀਂ ਤੁਹਾਨੂੰ ਜਿਹੜੇ ਕੈਮਰੇ ਲੱਗੇ ਆ ਇਹ ਫਰਜ਼ੀ ਕੈਮਰੇ ਨੇ, ਫਰਜ਼ੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਖੋਪੇ ਚੜੇ ਹੋਏ ਆ। ਐਮ ਐਲ ਏ ਮੈਂ ਟਿੱਪਰ ਲੰਘਦਿਆਂ ਦੀਆਂ ਕੈਮਰਿਆਂ ਤੇ ਕੱਢ ਲਓ, ਮੇਰੇ ਕੈਮਰਿਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ, ਜਿਹੜਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ। ਸ਼ਰੇਆਮ ਤੁਸੀਂ ਦੋ ਇੱਕ ਘਰੀ ਗਿਆ ਨੇ ਤਰਨ ਤਰਨ ਜ਼ਿਲ੍ਹਾ ਗੁਰਦੀਪੁਰ ਆਈ ਬਈ ਥਾਣੇਦਾਰਾ ਉਰਾ ਗੱਲ ਸੁਣ, ਤੁਸੀਂ ਹੋ ਹਰੀਆਂ ਵੱਲੋਂ ਉਹ ਫਿਰੋਜ਼ਪੁਰ ਦੀ ਪੁਲਿਸ ਖੜੀ ਹੈ, ਉਹ ਸਾਹਮਣੇ ਵੇਖੋ ਜੇ ਨਹੀਂ ਚੱਲਦੀਆਂ ਪਈਆਂ ਤਾਂ ਦੱਸ ਦਿਓ, ਚੱਲਦੀਆਂ ਪਈਆਂ ਨੇ ਇੱਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਜਾਇਜ਼ ਮੈਨਿੰਗ ਹੋ ਰਹੀ ਜਾਂ ਨਹੀਂ ਹੋ ਰਹੀ। ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆਹ ਤੁਹਾਡਾ ਨਾਕਾ ਲੱਗਾ ਹੋਇਆ, ਸਾਹਮਣੇ ਨਮੈਣਿੰਗ ਹੁੰਦੀ ਪਈ ਆ, ਇੱਕ ਬੰਨੇ ਮੁੱਖ ਮੰਤਰੀ ਤੇ ਡੀ ਜੀ ਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵਿਕਣ ਦਈਏ ਨਾ ਨਜਾਇਜ਼ ਰੇਤਾ। ਤੁਸੀਂ ਵੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਜਾਇਜ਼ ਮੈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਪੌਕ ਲਾਈਨ ਚੱਲਦੀ ਦੀਦੀ ਹੈ ਜਾਂ ਨਹੀਂ ਦੀਦੀ, ਚੱਲਦੀ ਪਈ ਹੈ ਨਾ, ਲੈ ਵੀ ਇਹਨਾਂ ਦੇ ਬਿਆਨ ਪੌਕ ਲਾਈਨ ਵੀ ਚੱਲ ਰਹੀ ਹੈ, ਟਰਾਲੀਆਂ ਵੀ ਭਰਦੇ ਪਏ ਨੇ, ਦੱਸੋ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ, ਤੇ ਬੋਲਦੇ ਨਹੀਂ ਗੇ। ਮੈਂ ਡੀ ਜੀ ਪੀ ਨੂੰ ਪਾ ਦਿਆਂ ਵੀਡੀਓ, ਮੁੜ ਕੇ ਜਵਾਬ ਦੇ ਹੋ ਤੁਸੀਂ, ਅਸੀਂ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ, ਸਾਹਮਣੇ ਬੈਠੇ ਤੁਹਾਡੇ ਕੈਮਰੇ, ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਪਏ, ਅੱਖਾਂ ਦੇ ਕੈਮਰੇ 'ਚ ਮੈਨਿੰਗ ਹੋਈ ਜਾਂਦੀ ਹੈ, ਫਿਰ ਦੱਸੋ ਨਹੀਂ ਯਾਰ ਤੁਸੀਂ ਦੱਸੋ, ਜੇ ਤਾਂ ਮੈਨਿੰਗ ਨਹੀਂ ਚੱਲਦੀ ਤਾਂ ਦੱਸ ਦਿਓ। ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਹੈ, ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ, ਮੈਂ ਤੈਨੂੰ ਵੀਡੀਓ ਵਿਖਾਉਣਾ, ਮੈਂ ਐਸ ਐਸ ਪੀ ਨੂੰ, ਇੱਕ ਮਿੰਟ ਯਾਰ, ਮੈਨਿੰਗ ਤਾਂ ਜੀਰੇ ਏਰੀਆ 'ਚ ਹੋ ਰਹੀ ਹੈ, ਜੀਰੇ ਏਰੀਏ ਤੋਂ ਤਰਨ ਤਰਨ ਨੂੰ ਜਾ ਰਿਹਾ, ਬਠਿੰਡੇ ਜੀ ਨੂੰ ਜਾ ਰਿਹਾ, ਹਾਲੇ ਤੈਨੂੰ ਹੁਣੇ ਤੁਹਾਡੇ ਐਸ ਐਸ ਪੀ ਨੂੰ ਭੇਜ ਕੇ ਹਟਿਆ, ਤੁਸੀਂ ਐਂ ਤਾਂ ਨਾ ਯਾਰ ਜਮਾਂ ਧੱਕਾ ਕਰੋ ਕਿ ਐਮ ਐਲ ਏ ਤੁਹਾਨੂੰ ਜੋ ਨਰੇਸ਼ ਕਟਾਰੀਆ ਕਹੀ ਜਾਂਦਾ ਉਵੇਂ ਕੀਤੀ ਜਾਓ, ਹਾਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਹੈ, ਆਹ ਲੋਕੇਸ਼ਨ ਠੀਕ ਹੈ, ਆਹ ਖੱਡ ਚੱਲਦੀ ਪਈ ਹੈ ਸ਼ਰੇਆਮ ਲੈ ਦੱਸ, ਹਾਲੇ ਆਹ ਤੁਹਾਡੇ ਵਾਲਾ ਪੁਲ ਹੀ ਹੈ, ਕਿਸੇ ਹੋਰ ਦਾ ਤਾਂ ਨਹੀਂ, ਦੇਖ ਲਾ ਹਾਲੇ ਆਹ ਸਭ ਟਿੱਪਰ ਤੁਹਾਡੇ ਪੁਲ ਤੋਂ ਲੰਘਦੇ ਪਏ ਆ, ਤੁਸੀਂ ਕਿੰਨੇ ਲੰਘਦੇ ਨਹੀਂ ਪਏ, ਇੰਨੀ ਨੇਰਗਰਦੀ ਨਾ ਕਰੋ, ਮੈਂ ਜੇ ਆਪਦੀ ਆਈ ਤੇ ਆ ਗਿਆ ਮੈਂ ਖੱਡੇ ਤੇ ਵੀ ਜਾਊਂ, ਹੁਣ ਤੁਸੀਂ ਇੱਕ ਮਿੰਟ ਤੁਸੀਂ ਇਨਫੋਰਮੇਸ਼ਨ ਗੁਰਦੀਪ ਇੱਧਰ ਆ ਬਈ, ਥਾਣੇਦਾਰ ਸਾਹਿਬ ਇੱਧਰ ਆਓ ਇੱਧਰ, ਆਹ ਵੇਖ ਲਓ ਭਗਵੰਤ ਮਾਨ ਜੀ ਆਹ ਹਾਲਾਤ ਨੇ ਪੁਲਿਸ ਦੇ, ਆਹ ਨਾਕਾ ਲਾਇਆ ਤੁਸੀਂ, ਇੱਥੋਂ ਹੀ ਚਿੱਟਾ ਲੰਘਦਾ, ਇੱਥੋਂ ਹੀ ਰੇਤਾ ਲੰਘਦੀ ਹੈ, ਇੱਥੇ ਹੀ ਸਾਰਾ ਕੁਛ ਹੁੰਦਾ, ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ, ਕੀ ਵਧੀਆ ਕੰਮ ਕਰ ਰਹੀ ਹੈ, ਆਹ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ, ਮੈਂ ਜਿੰਨੀ ਵਾਰ ਵੀਡੀਓ ਪਾਉਣਾ ਮੈਨੂੰ ਥ੍ਰਿਟ ਕਾਲਾਂ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦਾਂਗੇ,
ਪਰ ਗੱਲ ਇਹ ਕਿ ਪੰਜਾਬ ਦੇ ਮੁੱਦੇ ਲੈ ਕੇ, ਪੰਜਾਬ ਦੀ ਲੜਾਈ ਲੈ ਕੇ ਅਸੀਂ ਇਸੇ ਤਰ੍ਹਾਂ ਲੜਦੇ ਰਹਾਂਗੇ। ਆਹ ਤੁਹਾਡੀ ਪੁਲਿਸ ਹੀ ਦੇਖ ਰਹੀ ਹੈ ਕਿ ਮੈਨਿੰਗ ਚੱਲਦੀ ਹੈ, ਤੁਹਾਡੀ ਪੁਲਿਸ ਹੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਛ। ਆਹ ਵਕਾਲ ਮੈਂ ਫਿਰ ਇੱਕ ਵਾਰ ਫਿਰ ਕਹਾਂਗਾ ਕਿ ਇੱਕ ਵਾਰ ਫਿਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ। ਔਰ ਡੀਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਹ ਜਿਹੜੇ ਕੈਮਰੇ ਲੱਗੇ ਆ ਇਹ ਫਰਜ਼ੀ ਕੈਮਰੇ ਨੇ, ਫਰਜ਼ੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਖੋਪੇ ਚੜੇ ਹੋਏ ਆ, MLA ਨਰੇਸ਼ ਕਟਾਰੀਆ ਦੇ, ਉੱਧਰੋਂ ਭੁੱਲਰ ਮੰਤਰੀ ਦੇ ਚੜੇ ਹੋਏ ਆ। ਔਰ ਇਸ ਕਰਕੇ ਮੈਂ ਬੇਨਤੀ ਕਰਦਾ, ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਛ ਕਰਦੇ, ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ ਅਤੇ ਤੁਸੀਂ ਚੁੱਕ ਕੇ ਉੱਥੇ SSP ਬਦਲਤਾ। ਇਹ ਵਿਚਾਰੇ ਮੂਰਖ ਦਰਸ਼ਨ ਬਣ ਕੇ ਸਾਹਮਣੇ ਵਿਹਲੇ ਰਹਿੰਦੇ ਨੇ ਕਿ ਮੈਨਿੰਗ ਹੁੰਦੀ ਹੋਈ ਜਾਵੇ। ਇਸ ਕਰਕੇ DGP ਸਾਹਿਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜ਼ਰੂਰ ਕੋਈ ਨਾ ਕੋਈ ਐਕਸ਼ਨ ਲਵੋ, ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ 'ਤੇ ਬਹਾਂਗੇ। ਔਰ ਜਿੰਨਾ ਚਿਰ ਇਹ ਨਜਾਇਜ਼ ਮੈਨਿੰਗ ਜੀਰੇ ਹਲਕੇ 'ਚੋਂ ਚਿੱਟਾ ਅਤੇ ਨਜਾਇਜ਼ ਮੈਨਿੰਗ ਬੰਦ ਨਹੀਂ ਹੁੰਦੀ, ਉਹਨਾਂ ਚਿਰ ਸੁੱਖ ਦਾ ਸਾਹ ਨਹੀਂ ਲਵਾਂਗੇ। ਔਰ ਮੈਨੂੰ ਆਸ ਆ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਹਨੇਰਾ ਹੁੰਦਾ, ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ, ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ। ਅੱਜ ਆਖੀ ਸਾਹਮਣੇ ਆ, ਥਾਣੇਦਾਰ ਵੀ ਸਾਹਮਣੇ ਆ ਅਤੇ ਉਹ ਖੱਡ ਵੀ ਸਾਹਮਣੇ ਚੱਲਦੀ ਪਈ ਆ। ਮੈਂ ਜੀਰੇ ਵਾਲੇ ਪੁਲ ਦੇ ਉੱਤੇ ਹਰੀਕੇ ਪੱਤਣ ਦੇ ਉੱਤੇ ਖੜਾ। ਧੰਨਵਾਦ, ਮੈਨੂੰ ਆਸ ਆ ਤੁਸੀਂ ਐਕਸ਼ਨ ਲਓਗੇ। ਅੱਜ ਮੈਂ ਵੀ ਆਪਣੇ ਜੀਰੇ ਹਲਕੇ ਦੇ ਵਿੱਚ ਘੜੁੰਮ ਪਿੰਡ ਜਾ ਰਿਹਾ ਸੀ। ਇੱਕ ਸੜਕ ਆ ਜਿਹੜੀ ਆਪਾਂ ਦਰਿਆ ਦੇ ਉੱਤੇ ਚੰਨੀ ਸਾਹਿਬ, ਤੁਸੀਂ ਇੱਕ ਸੜਕ ਬਣਾਈ ਸੀਗੀ 24 ਕਿਲੋਮੀਟਰ ਦੀ ਜਦੋਂ ਤੁਸੀਂ ਮੁੱਖ ਮੰਤਰੀ ਸੀ, ਤਾਂ ਉਹ ਸੜਕ ਜਿਹੜਾ 6 ਕਿਲੋਮੀਟਰ ਦਾ ਟੋਟਾ ਜਿਹੜਾ ਕਿ ਹਰੀਕੇ ਪੱਤਣ ਤੋਂ ਲੈ ਕੇ ਅਤੇ ਫਤਿਹਗੜ੍ਹ ਸਭਰਾ ਨਾਲ ਜੁੜਦਾ, ਉਹਦੇ ਉੱਪਰ ਸ਼ਰੇਆਮ ਜਿਹੜੀ ਆ ਨਜਾਇਜ਼ ਮਾਈਨਿੰਗ ਜਿਹੜੀ ਆ ਚੱਲ ਰਹੀ ਆ। ਔਰ ਮੈਂ ਪਹਿਲਾਂ ਵੀ SSP ਮੈਡਮ ਦੇ ਧਿਆਨ 'ਚ ਲਿਆਂਦੀ ਆ, ਉਹ ਵੇਖੋ ਟਰਾਲੀ ਜਿਹੜੀ ਆ ਉਹ ਲੈ ਕੇ ਜਾ ਰਿਹਾ ਰੇਤਾ ਵਾਲੀ, ਉਹ ਪੌਕਲਾਈਨ ਲੱਗੀ ਆ। ਔਰ ਹਰੀ ਘੈਂਟ ਦੇ ਉੱਪਰ ਜੀਰੇ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਨਿਜ਼ਾਮਦੀਨ ਵਾਲਾ, ਔਰ ਜਿੱਥੇ ਕਿ ਉਸ ਪਿੰਡ ਦੇ ਨਗਰ ਦਾ ਜਿਹੜਾ ਗੁਰਮੀਤ ਸਿੰਘ ਆ, ਜੋ ਪੁਲਿਸ ਨਾਲ ਅਤੇ DSP ਜੀਰਾ ਨਾਲ ਰਲ ਕੇ ਅਤੇ ਵਿਧਾਇਕ ਜੀਰਾ ਨਾਲ ਰਲ ਕੇ ਜਿਹੜੀ ਨਜਾਇਜ਼ ਮਾਈਨਿੰਗ ਕਰਦਾ ਹੈ, ਔਰ ਜਿਹੜਾ 3000 ਰੁਪਈਆ ਮੇਰੇ ਹਿਸਾਬ ਨਾਲ ਮੈਨੂੰ ਜਿਹੜਾ ਪਤਾ ਲੱਗਾ ਕਿ 3000 ਰੁਪਈਆ ਜਿਹੜਾ ਉਹ ਲੈਂਦੇ ਆ ਟਰਾਲੇ ਵਾਲੇ ਤੋਂ ਜਿਹੜਾ MLA ਸਾਹਿਬ ਦੇ ਕੋਲ ਜਾਂਦਾ, ਔਰ ਘੱਟੋ ਘੱਟ 5 ਤੋਂ 7000 ਰੁਪਈਆ ਜਿਹੜਾ ਉਹ ਲੈਂਦੇ ਆ ਟਿੱਪਰ ਵਾਲੇ ਤੋਂ, ਔਰ ਸ਼ਰੇਆਮ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਮੈਂ SSP ਸਾਹਿਬ ਦੇ ਧਿਆਨ 'ਚ ਵੀ ਲਿਆਂਦਾ, ਮੈਂ ਉਹਨਾਂ ਨੂੰ ਵੀ ਜਾਣਕਾਰੀ ਦੇ ਚੁੱਕਾ ਕਿ ਇੱਥੇ ਨਹੀਂ ਇਕੱਲੇ ਲਾਲੂ ਵਾਲੇ ਦੇ ਵਿੱਚ ਵੀ ਹੋ ਰਹੀ ਹੈ, ਜਿੱਥੇ ਜਿੱਥੇ ਦਰਿਆ ਦਾ ਬੰਨ ਪੈਂਦਾ। ਚੰਨੀ ਸਾਹਿਬ ਜਿੱਥੇ ਜਿੱਥੇ ਨਵੀਆਂ ਸੜਕਾਂ ਬਣਾਈਆਂ ਸੀ, ਅੱਜ ਬੜਾ ਮਨ ਨੂੰ ਦੁੱਖ ਲੱਗਦਾ ਅੱਜ ਟੁੱਟ ਰਿਹਾ। ਅੱਜ ਆਹ ਦੇਖ ਲਓ ਕਿ ਇਹਨਾਂ ਦੀ ਗੱਡੀ ਜਦੋਂ ਮੈਂ ਲਾਈਵ ਹੋ ਰਿਹਾ ਇਹ ਆ ਰਹੇ ਨੇ। ਔਰ ਮੈਂ ਜਿੰਨੀ ਵਾਰ ਵੀ ਇਸ ਮਸਲੇ 'ਤੇ ਤੂੰ ਪਹਿਲਾਂ ਵੀ DSP ਜੀਰਾ ਦਾ ਧਿਆਨ 'ਚ ਲਿਆਂਦਾ, ਇੱਥੋਂ ਤੱਕ ਰਾਤ ਨੂੰ ਉਹਨਾਂ ਨੂੰ ਨਾਲ ਲੈ ਕੇ ਗਿਆ, ਨਾਲ ਜਾ ਕੇ ਉਹਨਾਂ ਨੂੰ ਮੈਂ ਬਕਾਇਦਾ ਚੈੱਕ ਵੀ ਕਰਾਇਆ ਕਿ ਆਹ ਦੇਖੋ ਕਿ ਨਜਾਇਜ਼ ਮਾਈਨਿੰਗ ਜਿਹੜੀ ਹੁੰਦੀ ਹੈ। ਪਰ DSP ਜੀਰਾ ਜਿਹੜਾ ਉਹ ਜ਼ਿਆਦਾ ਧਿਆਨ ਜਿਹੜਾ ਉਹ ਦਾਰੂ ਵੱਲ ਦਿੰਦੇ ਨੇ, ਕੰਮਾਂ ਵੱਲ ਘੱਟ ਧਿਆਨ ਦਿੰਦੇ ਨੇ। ਇਸ ਕਰਕੇ ਮੇਰੀ ਬੇਨਤੀ ਹੈ, ਮੈਂ ਅੱਗੇ SSP ਸਾਹਿਬ ਦੇ ਧਿਆਨ 'ਚ ਲਿਆਂਦਾ, DGP ਸਾਹਿਬ ਤੁਹਾਡੇ ਧਿਆਨ 'ਚ ਵੀ ਲਿਆਉਣਾ ਚਾਹੁੰਦਾ। ਔਰ ਸ਼ਰੇਆਮ ਦੇਖੋ, ਸ਼ਰੇਆਮ ਪੌਕਲਾਈਨ ਲੱਗੀ ਹੈ, 15-20 ਜਿਹੜੇ ਉਹ ਟਰੈਕਟਰ ਖੜੇ ਨੇ, ਉਹ ਇੱਕ ਟਰਾਲੀ ਖੜੀ ਹੈ, ਉਹ ਟਰਾਲੀ ਜਾ ਰਹੀ ਹੈ, ਮੈਂ ਕਹਾਂਗਾ ਉਹ ਦਿਖਾਓ। ਔਰ 6 ਟਰਾਲੀਆਂ ਜਿਹੜੀਆਂ ਨੇ ਉਹ ਦੇਖੋ ਖੜੀਆਂ ਨੇ। ਇਹ ਨਿਜ਼ਾਮਦੀਨ ਵਾਲਾ ਪਿੰਡ ਆ, ਦਰਿਆ ਦੇ ਉੱਪਰ ਜਿਹੜੀ ਆ ਜਿਹੜੀ ਸਰਕਾਰ ਦੀ ਜਿਹੜੀ ਰੇਤਾ, ਜਿਹੜੀ ਸਰਕਾਰ ਦੀ ਜਗ੍ਹਾ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਕੀਤੀ ਜਾ ਰਹੀ ਹੈ। ਔਰ ਮੈਂ ਪੁੱਛਣਾ ਚਾਹੁੰਦਾ ਕਿ ਇਹ ਵਿਧਾਇਕ ਤੋਂ ਬਿਨਾਂ ਔਰ DSP ਜੀਰਾ ਔਰ ਪੁਲਿਸ ਪ੍ਰਸ਼ਾਸਨ ਤੋਂ ਬਿਨਾਂ ਔਰ ਮਾਈਨਿੰਗ ਡਿਪਾਰਟਮੈਂਟ ਤੋਂ ਬਿਨਾਂ ਇਹਦਾ ਜ਼ਿੰਮੇਵਾਰ ਕੌਣ ਆ? ਇਹ ਜ਼ਿੰਮੇਵਾਰੀ ਜਿਹੜੀ ਆ, ਔਰ ਮੈਂ ਗੱਲ ਕਹਿਣੀ ਚਾਹੁੰਦਾ ਸਰਦਾਰ ਭਗਵੰਤ ਮਾਨ ਜੀ, ਜੇ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਜਾਇਜ਼ ਮਾਈਨਿੰਗ ਨਹੀਂ ਚੱਲੂਗੀ, ਚਿੱਟਾ ਨਹੀਂ ਵੇਖੂ, ਆਓ ਜੀਰੇ ਹਲਕੇ 'ਚ। ਤੁਸੀਂ ਮੈਨੂੰ ਪਤਾ ਲੱਗਾ 29 ਤਰੀਕ ਨੂੰ ਆਉਣਾ, ਔਰ 29 ਤਰੀਕ ਨੂੰ ਤੁਹਾਡਾ ਵੈਲਕਮ ਵੀ ਕਰੂੰਗਾ, ਇਕੱਲੇ ਇਕੱਲੇ ਪਿੰਡ ਦੀਆਂ ਫੋਟੋਆਂ ਵੀ ਦਿਆਂਗਾ,
ਔਰ ਕੱਲੇ ਕੱਲੇ ਪਿੰਡ 'ਚ ਜਿੱਥੇ ਮਾਈਨਿੰਗ ਚੱਲਦੀ ਉਹ ਵੀ ਦੱਸਾਂਗਾ ਤਾਂ ਜਿੱਥੇ ਚਿੱਟਾ ਵੇਖਦਾ ਮੈਨੂੰ ਆਸ ਹੈ ਤੁਸੀਂ ਬੰਦ ਕਰੋਗੇ। ਜਿੰਨਾ ਚਿਰ ਇਹੋ ਜਿਹੇ ਪੁਲਿਸ ਮੁਲਾਜ਼ਮਾਂ 'ਤੇ ਜਾਂ ਵਿਧਾਇਕਾਂ 'ਤੇ ਕਾਰਵਾਈ ਨਹੀਂ ਕਰਦੇ ਉਹਨਾਂ ਚਿਰ ਨਜਾਇਜ਼ ਮਾਈਨਿੰਗ ਨਹੀਂ ਬੰਦ ਹੋ ਸਕਦੀ। ਤੁਸੀਂ ਕਹਿੰਦੇ ਸੀ ਅਸੀਂ ਨਜਾਇਜ਼ ਮਾਈਨਿੰਗ ਤੋਂ ਜਿਹੜੇ ਨੇ ਅੱਜ ਖਜ਼ਾਨੇ ਵਿਧਾਇਕ ਨਰੇਸ਼ ਕਟਾਰੀਆ ਦੇ ਭਰੇ ਜਾ ਰਹੇ ਨੇ। ਅੱਜ ਵੇਖੋ ਚੱਲ ਤੇ ਚੱਲ ਜਾਇਦਾਦ ਕਿੰਨੀ ਬਣਾਈ ਗਈ ਹੈ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਬਣੀਆਂ ਹੋਈਆਂ ਸੜਕਾਂ ਨੂੰ ਨਾ ਤੋੜਿਆ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।